ਇਹ ਤਾਂ 1920 ਦੇ ਵਿੱਚ ਪਹਿਲਾਂ ਨਾਮਧਾਰੀਆਂ ਨੇ ਔਰਤਾਂ ਨੂੰ ਅੰਮ੍ਰਿਤ ਛਕਾਇਆ ਨਾਲ ਸਾਤੋਂ ਗੁੱਸੇ ਹੋ ਗਏ ਉਹ ਵੀ ਪਹਿਲਾਂ ਕਿਸੇ ਨੇ ਹੈ ਹੀ ਨਹੀਂ ਉਹਦੀ ਗੱਲ ਚੱਲ ਛਕਾ ਲਓ ਕੋਈ ਨਹੀਂ ਕੋਈ ਜੈ ਜੈ ਵਾਲੇ ਹੋ ਜਾਓ ਕੁਝ ਜੈ ਜਾਂ ਤੁਹਾਡਾ ਅੰਮ੍ਰਿਤ ਹੋ ਜਾ ਤੁਸੀਂ ਅੰਮ੍ਰਿਤ ਕੁਛ ਨਹੀਂ ਕਰਦਾ ਕਰਨਾ ਤਾਂ ਆਚਰਣ ਨੇ ਜੇ ਥੋੜ੍ਹੇ ਜਿਹੇ ਬਦਲਾਇਆ ਕੁਛ ਨਹੀਂ ਤੁਸੀਂ ਰੋਜ਼ ਪੀ ਛਕੀ ਜਾਓ ਅੰਮ੍ਰਿਤ ਨਿੰਮ ਨੂੰ ਨਹੀਂ ਕੋਈ ਫਰਕ ਪੈਂਦਾ ਨਿੰਮ ਦੇ ਜਿਹੜਾ ਰੋਜ਼ ਅੰਮ੍ਰਿਤ ਪਾਈ ਜਾਓ ਨਹੀਂ ਮਿੱਠੀ ਹੁੰਦੀ ਰੋਜ਼ ਪਾਈ ਜਾਓ ਚਾਹੇ ਕਬੀਰ ਨੇ ਕਿਉਂ ਕਿਹਾ ਹੈ ਨਿੰਮ ਨੂੰ ਅੰਮ੍ਰਿਤ ਨਾਲ ਸਿੰਜੋ ਚਾਹੇ ਉਹੀ ਗੱਲ ਕਹੀ ਹੈ ਗੱਲ ਨਿੰਮ ਦੀ ਨਹੀਂ ਕੀਤੀ ਗੱਲ ਮਾਇਆ ਦੀ ਕੀਤੀ ਹੈ ਮਾਇਆ ਕੌੜੀ ਹੈ ਜ਼ਹਿਰ ਹੈ ਜ਼ਹਿਰ ਜ਼ਹਿਰੇ ਰਹੂਗੀ ਉਹ ਚਾਹੇ ਮਿੱਠਾ ਰਲਾ ਕੇ ਖਾ ਲਓ ਤਾਂ ਵੀ ਜ਼ਹਿਰੇ ਜੇ ਸ਼ਹਿਜ ਪਾ ਕੇ ਸੰਖਿਆ ਖਾ ਲਈਏ ਫਿਰ ਕਿਹੜਾ ਉਹ ਸੰਖਿਆ ਨਹੀਂ ਹੈ ਸੰਖਿਆ ਤਾਂ ਫਿਰ ਵੀ ਸੰਖਿਆ ਹੀ ਹੈ ਇਹਨਾਂ ਨੇ ਉਹ ਸੰਖਿਆ ਖਾਣਾ ਸੀ ਉਹ ਚਲੋ ਸਾਧ ਤਾਂ ਮਰ ਗਏ ਤੇ ਇਸੇ ਚੜਾਵੇ ਨਾਲ ਵੀ ਚਾਹ ਹੁਣ ਇਹਨਾਂ ਦੀ ਵਾਰੀ ਆ ਗਈ ਆ 100 ਕੁ ਸਾਲ 'ਚ ਇਹ ਆਪਣੇ ਆ ਜਿਹੜੇ 50-60 ਸਾਲ ਹੁਣ 40 ਕੁ ਸਾਲ ਤੋਂ ਗੁਰਦੁਆਰੇ ਇਹ ਖਾਣ ਲੱਗ ਗਏ ਨਿਹੰਗ ਸਿੰਘ ਇਹ ਬੰਦੇ ਬਾਦ ਵਾਲਾ ਸਾਰਾ ਗਰੁੱਪ ਇੱਧਰ ਆ ਬੜਿਆ ਉਹ ਵੀ ਉੱਥੇ ਖੱਡੇ ਜਾ ਪਏ ਸਾਰੇ ਸਾਰੇ ਹੀ ਦੇਖ ਲਏ ਪਬਲਿਕ ਨੇ ਉਹ ਜ਼ਿਆਦਾ ਸੜਕ 'ਤੇ ਬੈਠੇ ਨੇ ਘੋੜੇ ਉੱਥੇ ਉਹਨਾਂ ਨੂੰ ਉੱਥੇ ਰਸਤੇ ਮਿਲ ਜਾਂਦੀ ਹੈ ਬਸ ਉਹ ਰੋਟੀ ਦੇ ਆਸਰੇ ਬੈਠੇ ਨੇ ਰੋਟੀ ਕਿੱਥੋਂ ਖਾਣ ਘੋੜੇ ਲੈ ਤਾਂ ਲੈ ਖਰਚਾ ਕਿੱਥੋਂ ਕਰਨ ਤਾਂ ਰਾਜੇ ਮਹਾਰਾਜਿਆਂ ਦਾ ਕੰਮ ਹੁੰਦਾ ਫੌਜ ਰੱਖਣੀ ਘੋੜੇ ਰੱਖਣੇ ਇਹ ਕਿੱਥੋਂ ਕਰਨ ਜਾਂ ਤਾਂ ਸੰਗਤ ਦੇ ਵਿੱਚ ਇੰਨੀ ਕੁਝ ਥੋੜ੍ਹੀ ਮਾਨਤਾ ਹੋਵੇ ਹੜਤਪ ਹੋਵੇ ਥੋੜ੍ਹਾ ਤਾਂ ਸੰਗਤ ਬੰਨੇ ਜੇ ਤੁਹਾਨੂੰ ਸੰਗਤ ਨਹੀਂ ਮੰਨਦੀ ਫਿਰ ਤਾਂ ਤੁਹਾਨੂੰ ਇਹੋ ਜਿਹਾ ਕੋਈ ਪੜ੍ਹਨਾ ਪਊਗਾ ਵੀ ਭਾਈ ਤੁਹਾਡੇ ਕਹੇ ਤਾਂ ਅਸੀਂ ਮੋਰਚਾ ਲਾਉਂਦੇ ਹਾਂ ਤੁਸੀਂ ਸਾਨੂੰ ਫੰਡ ਕਰਿਓ ਫੰਡ ਹੁੰਦੇ ਨਹੀਂ ਇਹਨਾਂ ਨੂੰ ਜਿਹੜੇ ਬੈਠੇ ਨੇ ਮੋਹਾਲੀ ਵਿੱਚੋਂ ਪੈਸੇ ਆਉਂਦੇ ਨਹੀਂ ਇੱਥੇ ਆਉਂਦੇ ਨਹੀਂ ਰਹੇ ਪੈਸੇ ਇਹ ਕੰਮ ਖਾਲਸੇ ਦਾ ਨਹੀਂ ਹੈ ਤੁਸੀਂ ਤਾਂ ਉਹਨਾਂ ਦੇ ਸਿਆਸਤਦਾਨਾਂ ਦੇ ਰੋਟੀਆਂ 'ਤੇ ਨੱਚਦੇ ਹੋ ਤੁਹਾਨੂੰ ਤਾਂ ਬਿਠਾ ਦਿੰਦੇ ਲਿਜਾ ਕੇ ਉੱਥੇ ਪੋਲੀਸੀ ਉਹਨਾਂ ਦੀ ਚੱਲਦੀ ਆ ਜਾਂ ਪਿੱਛੋਂ ਪੁੱਛਦੇ ਨਹੀਂ ਹੈ ਉਹਨਾਂ ਨੂੰ ਹੁਣ ਉਹ ਫਸ ਗਏ ਅਮਨ ਉਹ ਨਹੀਂ ਉਹ ਜਿਹੜੇ ਸਾਰੇ ਉਂਗਲ ਦੇ ਕੇ ਇਹਨਾਂ ਨੇ ਗੱਲ ਪਾ ਦਿੱਤੇ ਵੀ ਚਲੋ ਇਹ ਨਿਹੰਗ ਸਿੰਘ ਨੇ ਤੁਸੀਂ ਪਾਲੀ ਪੁਲਿਸ ਵਾਲਿਆਂ ਨੂੰ ਮਾਰ ਦਿਓ ਅਸੀਂ ਹੈਗੇ ਹਾਂ ਪਿੱਛੇ ਉਹ ਨਹੀਂ ਕੌਣ ਮਾਰ ਦਿੰਦਾ ਜੇ ਉਹਨਾਂ ਨੂੰ ਪਤਾ ਹੁੰਦਾ ਸਾਡੇ ਨਾਲ ਹੋਣੀਆਂ ਕਦੇ ਨਹੀਂ ਕਰਦੇ ਉਹ ਇਹਨਾਂ ਦੀਆਂ ਗੱਲਾਂ 'ਚ ਆ ਗਏ ਉਹਨਾਂ ਨੇ ਪੁਲਿਸ ਵਾਲਾ ਉੱਥੇ ਗੋਲੀ ਮਾਰਤੀ ਸ਼ਹੀਦ ਹੋ ਗਿਆ ਵਿਚਾਰਾ ਉਸ ਪੁਲਿਸ ਵਾਲੇ ਚੰਗੇ ਤੇ ਉਹਨਾਂ ਨੇ ਕੁਛ ਨਹੀਂ ਕਿਹਾ ਇਹਨਾਂ ਨੂੰ ਉਹਨਾਂ ਨੂੰ ਪਤਾ ਸੀ ਗਵਰਨਰ ਹੀ ਰਾਜ ਕਰਨਾ ਇਹਨਾਂ ਨੇ ਲਾਉਣਾ ਹੋਰ ਕੀ ਹੈ ਹੁਣ ਸਾਰੇ ਅੰਦਰ ਬੈਠੇ ਨੇ ਤੁਸੀਂ ਦੱਸੋ ਵੀ ਗੁਰਦੁਆਰੇ ਤੁਹਾਡੇ ਮਾਮੇ ਦਾ ਸੀ ਤੁਸੀਂ ਕਿਉਂ ਚੜ੍ਹ ਕੇ ਗਏ ਉੱਥੇ ਤੁਸੀਂ ਕਬਜ਼ਾ ਕੀਤਾ ਬੰਦਾ ਬੰਦੀ ਬਣਾਇਆ ਹੋਇਆ ਦੋ ਜੇ ਮਾਰ ਦੋ ਉਹਨੂੰ ਤਾਂ ਸਰਕਾਰ ਤੁਹਾਡਾ ਪੁੱਛੇ ਹੀ ਨਾ ਜਾ ਕੇ ਇਹ ਛੋਟਾ ਕਹਿ ਸਕਦੇ ਤੁਹਾਡਾ ਜਗ੍ਹਾ ਨਹੀਂ ਗੁਰਦੁਆਰਾ ਨਹੀਂ ਤੁਹਾਡੀ ਜ਼ਮੀਨ ਨਹੀਂ ਤੁਸੀਂ ਉਹਦੇ ਛਾਪੇ ਮਾਰ ਕੇ ਉਹਨਾਂ ਨੂੰ ਬੰਦੀ ਬਣਾ ਕੇ ਬਹਿ ਜਾਓ ਤਾਂ ਸਰਕਾਰ ਤਾਂ ਤੁਸੀਂ ਹੋਏ ਸਰਕਾਰ ਤਾਂ ਹੈ ਤੁਸੀਂ ਸਰਕਾਰ ਨੂੰ ਸਰਕਾਰ ਹੀ ਨਹੀਂ ਮੰਨਦੇ ਇਹ ਬਗਾਵਤ ਬਾਗੀ ਬਿਨਾਂ ਮੁਕੱਦਮਾ ਚਲਾਇਆ ਚਾਹੇ ਸਾਰੀ ਉਮਰ ਨਾ ਛੱਡਣ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਨੇ ਜੇਲ੍ਹ 'ਚ ਉਹ ਜਿੰਨਾ ਚਿਰ ਉਹ ਮੰਨਦੇ ਨਹੀਂ ਜ਼ਮਾਨਤ ਨਹੀਂ ਦਿੰਦੇ ਵੀ ਅਸੀਂ ਬਾਹਰ ਸਰਕਾਰ ਦੇ ਕਾਨੂੰਨ ਨੂੰ ਮੰਨਾਂਗੇ ਉਹ ਪੁਲਿਸ ਜਾਂਦੀ ਹੈ ਉਹਨੂੰ ਛਡਾਉਣ ਤੁਸੀਂ ਉੱਥੇ ਗੋਲੀਆਂ ਚਲਾ ਦਿੰਦੇ
ਉਹ ਤਾਂ ਅੱਤਵਾਦ ਹੋਇਆ ਫਿਰ। ਅੱਤਵਾਦ ਕੀ ਹੈ? ਇਹੀ ਅੱਤਵਾਦ ਹੈ। ਇਹਨਾਂ ਨੂੰ ਕੀ ਪਤਾ ਉਹ ਦਫ਼ਾ ਲੱਗ ਗਿਆ ਹੁਣ, ਹੁਣ ਦੇਖਦੇ ਨਾਲ ਦਾ ਕਿਉਂ ਨਿਆਣੇ ਸੀ, ਦੂਏ ਪਾਗਲ ਸੀ, ਅਨਪੜ੍ਹ ਸੀ, ਕੀ ਪਤਾ। ਵੀ ਇਹ ਤਾਂ ਜੀ ਸੈਂਟਰ ਦੀ ਗੌਰਮੈਂਟ ਹੈ, ਤਾਕਤਾਂ ਨੇ ਇਹਨਾਂ ਕੋਲ, ਮਨਿਸਟਰੀਆਂ ਨੇ, ਉਹਨਾਂ ਦੀਆਂ ਗੱਲਾਂ 'ਚ ਆ ਗਏ। ਉਹਨਾਂ ਨੂੰ ਇਹ ਸੀ ਵੀ ਜੇ ਇੱਥੇ ਚਾਰ ਪੰਜ ਚਾਰ ਨਿਹੰਗ ਸਿੰਘ ਮਾਰਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ, ਰਾਸ਼ਟਰਪਤੀ ਦਾ ਲਾਗੂ ਕਰ ਦਾਂਗੇ ਪੰਜਾਬ 'ਚ, ਲੱਗਾ ਲਾ ਸੀ। ਪਰ ਪੁਲਿਸ ਵਾਲੇ ਸਿਆਣੇ ਸੀ, ਬਚਾ ਗਏ। ਅੱਗੇ ਨਾ ਵਧੀ ਗੱਲ, ਖੂਨ ਖਰਾਬਾ ਬਚਾ ਲਿਆ। ਇਹ ਗੱਲਾਂ ਤਾਂ ਉਹ ਕਰਵਾ ਰਹੇ ਨੇ ਲੋਕ ਜਿਹੜੇ ਗੁਰਮਤ ਦੇ ਦੁਸ਼ਮਣ ਨੇ, ਸਾਡੇ ਬੰਦਿਆਂ ਤੋਂ ਨਿਗਾਹ ਤੋਂ ਕਰਵਾ ਰਹੇ ਨੇ ਗੱਲ, ਸਾਡੇ ਕਰਨ ਵਾਲੇ ਕੰਮ ਨੇ। ਗੁਰਦੁਆਰੇ ਪਿੱਛੇ ਤੁਸੀਂ ਐਂ ਲੜੀਏ, ਆਪਣੇ ਬੰਦਿਆਂ ਨੂੰ ਮਾਰੀਏ, ਕਿੱਥੇ ਤੱਕ ਭੁੱਖ ਵਧੀ ਹੈ ਤੁਹਾਡੇ ਅੰਦਰ, ਕਿੱਥੇ ਤੱਕ ਹੰਕਾਰ ਵੱਧ ਗਿਆ ਤੁਹਾਡੇ ਅੰਦਰ। ਤੁਹਾਨੂੰ ਇਹ ਆਜ਼ਾਦ ਕਿਹਨੇ ਦੇ ਦਿੱਤੀ? ਕਾਨੂੰਨ ਨੂੰ ਹੱਥ ਚਲਾਓ, ਦਿਮਾਗ ਖਰਾਬ ਹੋਇਆ ਹੈ। ਸਰਕਾਰ ਦੇ ਨੇੜੇ ਚਲੇ ਗਏ ਕਰਤਾ ਉਹਨਾਂ ਨੇ, ਹੁਣ ਹੁਣ ਜਵਾਨ ਕਰਾਉਣ ਨੂੰ ਨੇੜੇ ਨਹੀਂ ਜਾਂਦੇ। ਜੇ ਜਾਂਦੇ ਨੇ ਅਗਲਾ ਕਹਿੰਦੇ ਇਹਨਾਂ ਨੇ ਕਰਵਾਇਆ। ਹੁਣ ਜਿਹੜਾ ਮਦਦ ਕਰੂ ਉਹ ਹੋਊ ਵੀ ਇਹ ਹੈ ਇਹਦੇ ਪਿੱਛੇ, ਇਹਨਾਂ ਦੇ ਬਦਨਾਮ ਹੋਣ ਜਾਊ ਕੌਣ, ਨੇੜੇ ਕੌਣ ਜਾਵੇ, ਨੇੜੇ ਜਾਊ ਤਾਂ ਉਹਦੇ ਬੰਦੇ ਨੇ, ਫਿਰ ਉਹਦਾ ਫਿਰ ਪੁੱਠੇ ਬੰਦੇ ਉਹਨੂੰ ਮੱਥ ਦਿੰਦਾ, ਉਹਦਾ ਦੇਸ਼ ਦਰੋਹੀ ਉਹ ਵੀ ਹੈ, ਕੋਈ ਸਾਜਿਸ਼ ਉਹਦੀ ਹੈ ਕਿਤੇ ਰਲ ਕੇ। ਉੱਥੇ ਗੱਲ ਫਸੀ ਹੋਈ ਹੈ। ਇੰਨੀ ਅਕਲ ਦੇ ਮਾਲਕ ਜਿਹੜੇ ਹੋਣ ਉਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ, ਉਹ ਖਾਲਿਸਤਾਨ ਦੀਆਂ ਗੱਲਾਂ ਕਰਨ। ਇੰਨੀ ਅਕਲ ਦੇ ਮਾਲਕ ਹੋ ਕੇ ਖਾਲਿਸਤਾਨ ਸਾਜਰੀ ਬਣ ਜੂ, ਨਾਲ ਚੱਲ ਵੀ ਵਧੀਆ ਜਾਊ ਇਹਨਾਂ ਦਾ, ਆਪਸ ਵਿੱਚ ਹੀ ਮਰ ਜਾਣਗੇ ਲੜਕੇ। ਜੇ ਇਹ ਰਾਜ ਕਾਇਮ ਵੀ ਕਰ ਲੈਣ, ਜੇ ਮਿਸਲਾਂ ਵਾਲੇ ਲੜਦੇ ਹੁੰਦੇ ਤੇ ਆਪਸ ਵਿੱਚ ਹੀ ਸਾਰੇ ਲੜਕੇ ਮਰ ਜਾਂਦੇ, ਜੇ ਵਿਚਾਲੇ ਅਕਾਲੀ ਫੂਲਾ ਸੋਨਾ ਹੁੰਦਾ ਫਿਰ ਜਾ ਉਹਨਾਂ ਨੇ ਦੇਖਿਆ ਵੀ ਇਹ ਤਾਂ ਹਟਦੇ ਨਹੀਂ ਲੜਨ ਤੇ ਮਰ ਜਾਣਗੇ ਸਾਰੇ ਲੜਕੇ, ਫਿਰ ਉਹਨਾਂ ਨੇ ਸਾਰਿਆਂ ਦੀਆਂ ਮਿਸਲਾਂ ਖਤਮ ਕਰਕੇ ਤਾਂ ਉਹ ਰਣਜੀਤ ਸਿੰਘ ਦਾ ਰਾਜ ਬਣਾਇਆ ਸੀ। ਬਈ ਇਹ ਜ਼ਿਆਦਾ ਨੇ, ਇਹ ਤਾਂ ਆਪ ਇਹਨਾਂ ਨੂੰ ਦੁਸ਼ਮਣ ਦੀ ਲੋੜ ਹੀ ਨਹੀਂ। ਇਹ ਉਸੇ ਰਾਹ ਇਹ ਮਿਸਲਾਂ ਵਾਲੇ ਹੁਣ ਪਏ ਹੋਏ ਨੇ ਵੀ ਜਿੰਨੇ ਸਾਡੇ ਧੜੇ ਹੋਣਗੇ ਉਨੀਆਂ ਮਿਸਲਾਂ ਹੋ ਜਾਣਗੀਆਂ। ਉਹ ਸੁਪਨਾ ਦੇਖਦੇ ਨੇ ਮਿਸਲਾਂ ਵਾਲਾ, ਇਹ ਨਹੀਂ ਦੇਖਦੇ ਵੀ ਮਿਸਲਾਂ ਜੇ ਹੋਈਆਂ ਰਾਜ ਹੋਇਆ ਉਹਦਾ ਹਸ਼ਰ ਕੀ ਹੋਇਆ, ਉੱਥੋਂ ਦੀ ਖੱਟਿਆ ਕੀ, ਉਹ ਨਹੀਂ ਦੇਖਦੇ। ਕਹਿੰਦੇ ਚੱਲ 10-20 ਸਾਲ ਜਿੰਨਾ ਕੁ ਰਾਜ ਹੋਊ ਦੇਖੀ ਜਾਊ।